ਲੁਧਿਆਣਾ ਵਿੱਚ ਇੱਕ 11 ਸਾਲ ਦੇ ਬੱਚੇ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਇਹ ਘਟਨਾ ਸਮਰਾਲਾ ਚੌਂਕ ਦੇ ਨਜ਼ਦੀਕ ਸਥਿਤ ਮੁਹੱਲਾ ਗੁਰੂ ਅਰਜਨ ਦੇਵ ਨਗਰ ਵਿੱਚ ਵਾਪਰੀ ਹੈ। ਲੁਧਿਆਣਾ ਵਿੱਚ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਤਬਦੀਲ ਹੋ ਗਈਆਂ ਜਦੋਂ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਆਪਣੀ ਦਾਦੀ ਨਾਲ ਆਇਆ ਇੱਕ 11 ਸਾਲਾ ਬੱਚੇ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ। ਇਸ ਹਾਦਸੇ ਵਿੱਚ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਦਸਾ ਇਸ ਕਦਰ ਭਿਆਨਕ ਸੀ ਕਿ ਘਰ ਦੀ ਛੱਤ ਤੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਤੇ ਬੱਚੇ ਨੂੰ ਅੱਗ ਦੀਆਂ ਤੇਜ਼ ਲਪਟਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਬੱਚਾ ਬੁਰੀ ਤਰ੍ਹਾਂ ਸੜ ਗਿਆ। ਘਟਨਾ ਸਮਰਾਲਾ ਚੌਂਕ ਦੇ ਨਜ਼ਦੀਕ ਸਥਿਤ ਮੁਹੱਲਾ ਗੁਰੂ ਅਰਜਨ ਦੇਵ ਨਗਰ 'ਚ ਵਾਪਰੀ। ਮ੍ਰਿਤਕ ਦੀ ਪਹਿਚਾਣ ਰਜਤ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੇ ਰੂਪ 'ਚ ਹੋਈ ਏ। ਲੁਧਿਆਣਾ ਤੋਂ ਹਰਦੀਪ ਦੇ ਨਾਲ ਵਿਸ਼ਾਲ ਤੇ ਰਜਿੰਦਰ ਦੀ ਰਿਪੋਰਟ। ਡੈਥ ਉੱਪਰੋਂ ਚੜ ਗਿਆ ਮੁੰਡਾ, ਉਧਰੋਂ ਕਿਤੇ ਪਰਲੀ ਸਾਈਡ ਚੱਲ ਗਿਆ ਟਾਵਰ ਲਾਈਨਾਂ ਦੇ ਕੰਨੀ ਛਾਲ ਮਾਰ ਕੇ। ਚਾਰ ਦੀਵਾਰੀ ਵੀ ਕਾਫੀ ਉੱਚੀ ਕਰਾਈ ਹੋਈ ਹੈ। ਬੱਚੇ ਦੀ ਉਮਰ 7ਵੀਂ 'ਚ ਪੜ੍ਹਦਾ, 12-13 ਸਾਲ। ਹਮੇ ਇਤਲਾਹ ਮਿਲੀ ਥੀ ਕਿ ਗੁਰੂ ਅਰਜਨ ਦੇਵ ਨਗਰ ਮੇਂ ਇੱਕ ਬੱਚਾ ਝੁਲਸ ਕੇ ਮਰ ਗਿਆ। ਮੌਕੇ ਪਰ ਗਏ ਥੇ ਔਰ ਵਹਾਂ ਪੇ ਹਮਨੇ ਦੇਖਾ ਕਿ ਬੱਚਾ ਹਾਈ ਵੋਲਟੇਜ ਤਾਰੋਂ ਕੀ ਲਪੇਟ ਮੇਂ ਆ ਗਿਆ। ਵੋ ਵਹਾਂ ਪੇ ਛੱਤ ਪੇ ਖੇਲ ਰਹਾ ਥਾ, ਉਸਕਾ ਕੋਈ ਬਾਡੀ ਪਾਰਟ ਟੱਚ ਕਰ ਗਿਆ ਔਰ ਉਸਕੀ ਲਪੇਟ ਮੇਂ ਆ ਕੇ ਉਸਕੀ ਡੈਥ ਹੋ ਗਈ। ਔਰ ਹਮਨੇ ਉਸਕੋ ਅਭੀ ਸਿਵਲ ਹਾਸਪਿਟਲ ਮੇਂ ਭੇਜ ਦਿਆ ਹੈ ਪੋਸਟਮਾਰਟਮ ਕੇ ਲੀਏ ਔਰ 174 ਕੀ ਕਾਰਵਾਈ ਕਰ ਰਹੇ ਹੈ। ਔਰ ਜੋ ਵੀ ਇਹ ਬੱਚਾ ਹਿਮਾਚਲ ਪ੍ਰਦੇਸ਼ ਸੇ ਆਪਣੀ ਦਾਦੀ ਕੇ ਸਾਥ ਆਇਆ ਥਾ, ਕੋਈ ਸ਼ਾਦੀ ਥੀ ਇਨਕੇ ਰਿਲੇਟਿਵ ਮੇਂ, ਵੋ ਸ਼ਾਦੀ ਦੇਖਨੇ ਆਇਆ ਥਾ। ਕੁਛ ਦੇਰ ਬਾਅਦ ਹੀ ਇਹ ਇੰਸੀਡੈਂਟ ਹੋ ਗਿਆ।